ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਜਿਹੜਾ ਤੁਸੀਂ ਅੱਜ ਨਾਭੇ ਦੇ ਵਿੱਚ ਐਡਾ ਵੱਡਾ ਫੰਕਸ਼ਨ ਕਰ ਰਹੇ ਹੋ, ਇਹ ਤੁਹਾਡਾ ਕੰਪਨੀ ਦੇ ਵਿੱਚ ਕੀ ਮੰਤਵ ਕੀ ਹੈ ਇਹਦਾ ਮਾੜਾ? ਹਾਂਜੀ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਕੰਪਨੀ ਦੇ ਇਹਦੇ ਵਿੱਚ ਮੰਤਵ ਇਹ ਹੈ ਜੀ ਕਿ ਕੰਪਨੀ ਇੱਕ ਤਰ੍ਹਾਂ ਦੇ ਜਾਗਰਤੀ ਸੈਮੀਨਾਰ ਲਾ ਰਹੀ ਹੈ ਕਿਸਾਨਾਂ ਨਾਲ ਜੁੜ ਕੇ। ਕੰਪਨੀ ਨੇ ਪਹਿਲਾਂ ਵੀ ਜਦੋਂ ਸਬਸਿਡੀ ਦੀ ਫਾਈਲਸ ਓਪਨ ਕੀਤੀਆਂ ਜਾ ਰਹੀਆਂ ਸੀ, ਉਦੋਂ ਵੀ ਇੱਕ ਕਿਸਾਨ ਸੇਵਾ ਕੇਂਦਰ ਖੋਲ੍ਹਿਆ ਸੀ, ਜਿਹਨੂੰ ਅਸੀਂ ਐਗਰੀਜ਼ੋਨ ਕਿਸਾਨ ਸੇਵਾ ਕੇਂਦਰ ਦਾ ਨਾਮ ਦਿੱਤਾ ਸੀ। ਉਹਦੇ ਤਹਿਤ ਅਸੀਂ ਕਿਸਾਨਾਂ ਦੀ ਮਦਦ ਕੀਤੀ, ਕੰਪਨੀ ਨੇ ਫਰੀ ਆਫ ਕੋਸਟ ਐਪਲੀਕੇਸ਼ਨਾਂ ਲਵਾਈਆਂ ਅਤੇ ਹਜ਼ਾਰਾਂ ਦੀ ਤਾਦਾਦ 'ਚ ਕਿਸਾਨ ਵੀਰਾਂ ਨੇ ਸਾਡੇ 'ਚ ਐਪਲੀਕੇਸ਼ਨਾਂ ਲਵਾਈਆਂ ਸੀ। ਸੋ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਐਗਰੀਜ਼ੋਨ ਦਾ ਮੰਤਵ ਹੈ ਕਿ ਜਾਗਰਤੀ ਸੈਮੀਨਾਰ ਲਾਉਣ ਦਾ, ਜਿੱਥੇ ਅਸੀਂ ਕਿਸਾਨਾਂ ਦੀ ਗੈਦਰਿੰਗ ਕਰਦੇ ਹਾਂ। ਅੱਜ ਵੀ ਨਾਭੇ ਦੇ ਵਿੱਚ ਤਕਰੀਬਨ 300 ਤੋਂ 400 ਕਿਸਾਨ ਇਕੱਠੇ ਹੋਏ, ਉਹਨਾਂ ਦੀ ਗੈਦਰਿੰਗ ਕਰਦੇ ਹਾਂ। ਉਹਨਾਂ ਨੂੰ ਸੁਪਰ ਸੀਡ ਦੀ ਵਰਕਿੰਗ, CRM ਸਕੀਮ ਦੇ ਅਧੀਨ ਆਉਣ ਵਾਲੀਆਂ ਮਸ਼ੀਨਾਂ ਦੀ ਵਰਕਿੰਗ, ਉਹਦੇ ਬਾਰੇ ਜਾਣਕਾਰੀ ਦਿੰਦੇ ਹਾਂ, ਉਹਨਾਂ ਦੇ ਵਿਚਾਰ ਲੈਂਦੇ ਹਾਂ, ਆਪਣੇ ਵਿਚਾਰ ਉਹਨਾਂ ਨਾਲ ਸ਼ੇਅਰ ਕਰਦੇ ਹਾਂ ਕਿ ਸੁਪਰ ਸੀਡਰ ਦੇ ਕੀ ਫਾਇਦੇ ਨੇ ਵਾਤਾਵਰਨ ਨੂੰ ਬਚਾਉਣ ਦੇ ਲਈ, ਡੀਜ਼ਲ ਨੂੰ ਬਚਾਉਣ ਦੇ ਲਈ ਅਤੇ ਆਪਣੇ ਹੋਰ ਖਰਚਿਆਂ ਨੂੰ ਬਚਾਉਣ ਦੇ ਲਈ ਸੁਪਰ ਸੀਡਰ ਕਿੱਦਾਂ ਲਾਹੇਵੰਦ ਆ, ਉਹਦੇ ਉਹਨਾਂ ਬਾਰੇ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ। ਅਤੇ ਇਸੇ ਲੜੀ ਦੇ ਤਹਿਤ ਜਿਹੜਾ ਪਿਛਲੇ ਤੁਸੀਂ ਦੇਖਿਆ ਹੋਣਾ, ਪਿਛਲੇ ਦਿਨਾਂ ਦੇ ਦੌਰਾਨ ਅਸੀਂ ਤਰਨ ਤਾਰਨ ਵੀ ਡਿਲੀਵਰੀਜ਼ ਕੀਤੀਆਂ, ਬਲਕ ਦੇ ਵਿੱਚ ਫਿਰੋਜ਼ਪੁਰ ਕੀਤੀਆਂ, ਬਰਨਾਲੇ ਕੀਤੀਆਂ, ਅੱਜ ਨਾਭੇ ਤੋਂ ਵੀ ਅਸੀਂ 21 ਸੁਪਰ ਸੀਡਰ ਇਕੱਠੇ ਡਿਲੀਵਰ ਕਰ ਰਹੇ ਹਾਂ, ਜੋ ਕਿ ਐਗਰੀਜ਼ੋਨ ਦੇ ਲਈ, ਸਾਡੀ ਸਾਰੀ ਟੀਮ ਦੇ ਲਈ ਬਹੁਤ ਉਤਸ਼ਾਹ ਦੀ ਗੱਲ ਹੈ ਕਿ ਕਿਸਾਨ ਇਸ ਚੀਜ਼ ਨੂੰ ਭਰਮਾ ਹੁੰਗਾਰਾ ਦੇ ਰਹੇ ਨੇ। ਜੋ ਚੀਜ਼ ਅਸੀਂ ਕਿਸਾਨਾਂ ਨੂੰ ਸਮਝਾਉਣੀ ਚਾਹੁੰਦੇ ਹਾਂ, ਜੋ ਚੀਜ਼ ਕਿਸਾਨਾਂ ਤੱਕ ਪਹੁੰਚਾਉਣੀ ਚਾਹੁੰਦੇ ਹਾਂ, ਕਿਸਾਨ ਉਸਦਾ ਲਾਹਾ ਲੈ ਰਹੇ ਨੇ। ਇੱਕ ਵਾਜਬ ਰੇਟ 'ਤੇ ਵਧੀਆ ਕੁਆਲਿਟੀ ਦੀ ਮਸ਼ੀਨ ਅਸੀਂ ਕਿਸਾਨਾਂ ਨੂੰ ਉਪਲਬਧ ਕਰਵਾ ਰਹੇ ਹਾਂ। ਵੀਰ ਜੀ, ਜਿਹੜੀ ਕਿਸਾਨਾਂ ਨੂੰ ਸਬਸਿਡੀ ਸਰਕਾਰ ਮੁਹੱਈਆ ਕਰਵਾ ਰਹੀ ਹੈ, ਉਹਦੇ ਬਾਰੇ ਤੁਸੀਂ ਕਿਵੇਂ ਕਿਸਾਨ ਭਰਾਵਾਂ ਨੂੰ ਤੁਸੀਂ ਉਹਨਾਂ ਨੂੰ ਗਾਈਡ ਕਰ ਰਹੇ ਹੋ? ਦੇਖੋ, ਪਹਿਲਾਂ ਕਿਸਾਨ ਸੇਵਾ ਕੇਂਦਰ ਸਥਾਪਿਤ ਕਰਕੇ ਅਸੀਂ ਕਿਸਾਨ ਵੀਰਾਂ ਦੀ ਮਦਦ ਕੀਤੀ ਅਰਜ਼ੀਆਂ ਲਗਵਾਉਣ ਦੇ ਵਿੱਚ। ਹੁਣ ਸਰਕਾਰ ਨੇ ਸਬਸਿਡੀ ਅਨਾਊਂਸ ਕੀਤੀ ਹੈ, ਜਿਸ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ, ਪੰਜਾਬ ਦਿਆਂ ਵਿੱਚ ਅਸੀਂ ਹਰ ਜ਼ਿਲ੍ਹੇ 'ਚ ਜਾ ਕੇ ਕਿਸਾਨਾਂ ਨੂੰ ਸਬਸਿਡੀ ਕੱਟ ਕੇ ਸੁਪਰ ਸੀਡਰ ਦੇ ਰਹੇ ਹਾਂ। ਇਹ ਐਗਰੀਜ਼ੋਨ ਵੱਲੋਂ ਕਰੀ ਹੋਈ ਪਹਿਲ ਹੈ ਕਿ ਕਿਸਾਨਾਂ ਨੂੰ ਜੋ ਸਬਸਿਡੀ ਦੀ ਅਮਾਊਂਟ ਸਰਕਾਰ ਨੇ ਦੇਣੀ ਹੈ, ਅਸੀਂ ਉਹ ਸਬਸਿਡੀ ਦੀ ਅਮਾਊਂਟ ਕੱਟ ਕੇ ਕਿਸਾਨਾਂ ਨੂੰ ਸੁਪਰ ਸੀਡਰ, ਜੀਰੋ ਡਰਿੱਲ ਅਤੇ CRM ਦੀ ਮਸ਼ੀਨਰੀ ਪ੍ਰੋਵਾਈਡ ਕਰਾ ਰਹੇ ਹਾਂ। ਜੋ ਐਗਰੀਜ਼ੋਨ ਵੱਲੋਂ ਕੀਤਾ ਗਿਆ ਉਪਰਾਲਾ ਅਤੇ ਕਿਸਾਨਾਂ ਵੱਲੋਂ ਇਹਨੂੰ ਬਹੁਤ ਸਲਾਹਿਆ ਜਾ ਰਿਹਾ, ਕਿਸਾਨਾਂ ਵੱਲੋਂ ਇਹਦਾ ਫਾਇਦਾ ਉਠਾਇਆ ਜਾ ਰਿਹਾ। ਅਸੀਂ ਕੋਆਪਰੇਟਿਵ ਸੁਸਾਇਟੀਜ਼, ਗ੍ਰਾਮ ਪੰਚਾਇਤ, ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਸੁਪਰ ਸੀਡਰ ਕੱਟ ਕੇ ਦਿੱਤੇ, ਸਬਸਿਡੀ ਕੱਟ ਕੇ ਦਿੱਤੇ, ਕਿਉਂਕਿ ਇਹ ਇੱਕ ਸੈਂਟਰਲਾਈਜ਼ ਅਦਾਰਾ ਹੁੰਦਾ, ਇੱਥੇ 5, 10, 50 ਕਸਟਮਰ ਜੁੜ ਕੇ ਇੱਕ ਮਸ਼ੀਨ ਦਾ ਇਸਤੇਮਾਲ ਕਰਦੇ ਨੇ। ਸੋ ਉਹਦੇ ਤਹਿਤ ਅਸੀਂ ਤਰਨ ਤਾਰਨ ਫਿਰੋਜ਼ਪੁਰ ਦੇ ਵਿੱਚ ਡਿਲੀਵਰੀਆਂ ਪਹਿਲਾਂ ਹੀ ਕਰਕੇ ਆਏ ਕੋਆਪਰੇਟਿਵ ਸੁਸਾਇਟੀ ਅਤੇ ਪੰਚਾਇਤਾਂ ਨੂੰ। ਨਾਭੇ ਦੇ ਵਿੱਚ ਅੱਜ ਸੁਸਾਇਟੀਜ਼ ਨੂੰ ਵੀ ਦਿੱਤੀਆਂ ਨੇ ਡਿਲੀਵਰੀਆਂ, ਅਤੇ ਇੰਡੀਵਿਜੁਅਲ ਕਸਟਮਰਾਂ ਨੂੰ ਵੀ ਸਬਸਿਡੀ ਕੱਟ ਕੇ ਅਸੀਂ ਦਿੱਤਾ। ਜਿਹੜੀ ਆਪਣੀ ਪਰਾਲੀ ਨੂੰ ਕਿਸਾਨ ਭਰਾ ਸਾੜਦੇ ਨੇ, ਉਹਦੀ ਰਹਿੰਦ ਖੂੰਹਦ ਹੈ ਜਿਹੜੀ, ਉਹਨੂੰ ਸਾੜਨ ਤੋਂ ਇਲਾਵਾ ਤੁਸੀਂ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਪਰਾਲੀ ਇੱਕ ਕਾਮਨ ਸਮੱਸਿਆ ਬਣ ਜਾਂਦੀ ਹੈ, ਕੋਈ ਵੀ ਕਿਸਾਨ ਨਹੀਂ ਚਾਹੁੰਦਾ ਕਿ ਵਾਤਾਵਰਨ ਨੂੰ ਦੂਸ਼ਿਤ ਕੀਤਾ ਜਾਵੇ। ਜਿਸ ਵਾਤਾਵਰਨ 'ਚ ਆਪਾਂ ਸਾਹ ਲੈ ਰਹੇ ਹਾਂ, ਇਹ ਮੈਂ ਪਹਿਲਾਂ ਵੀ ਗੱਲ ਨੂੰ ਜ਼ੋਰ ਦੇ ਕੇ ਕਹਿੰਦਾ ਹੁੰਦਾ ਹਾਂ ਕਿ ਚਾਹੇ ਆਪਾਂ ਖੇਤੀਬਾੜੀ ਨਾਲ ਜੁੜੇ ਹੋਏ ਹਾਂ ਚਾਹੇ ਨਹੀਂ ਜੁੜੇ ਹੋਏ ਹਾਂ, ਜਿਸ ਵਾਤਾਵਰਨ ਨੇ ਆਪਾਂ ਨੂੰ ਸਾਹ ਦਿੱਤਾ ਹੈ, ਸ਼ੁੱਧ ਹਵਾ ਦਿੱਤੀ ਹੈ, ਉਹਨੂੰ ਸਾਫ਼ ਸੁਥਰਾ ਰੱਖਣਾ ਆਪਣਾ ਫਰਜ਼ ਹੈ। ਪਰ ਕਿਸਾਨ ਕੀ ਕਰੇ, ਕਿਸਾਨ ਨਹੀਂ ਚਾਹੁੰਦਾ ਪਰਾਲੀ ਨੂੰ ਅੱਗ ਲਾਉਣੀ, ਉਹਨੂੰ ਸਹੀ ਟਾਈਮ 'ਤੇ ਸਹੀ ਮੁੱਲ 'ਤੇ ਇੱਕ ਮਸ਼ੀਨਰੀ ਵੀ ਤਾਂ ਅਵੇਲੇਬਲ ਹੋਣੀ ਚਾਹੀਦੀ ਹੈ। ਪੁਰਾਣੇ ਟ੍ਰੈਡੀਸ਼ਨਲ ਤਰੀਕੇ ਵਰਤ ਕੇ ਆਪਾਂ ਹੁਣ ਤੱਕ ਖੇਤੀ ਕਰਦੇ ਆ ਰਹੇ ਹਾਂ, ਜਿੱਦਾਂ ਨਵੀਂ ਮਸ਼ੀਨਰੀ ਆ ਰਹੀ ਹੈ, ਸਰਕਾਰ ਉਪਰਾਲੇ ਕਰ ਰਹੀ ਹੈ, ਤਾਂ ਕੰਪਨੀਆਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ ਕਿਸਾਨਾਂ ਨੂੰ ਮੁਹੱਈਆ ਕਰਾਉਣ 'ਚ। ਜਿਸ ਤਰ੍ਹਾਂ ਐਗਰੀਜ਼ੋਨ ਨੇ ਪਹਿਲ ਕੀਤੀ ਹੈ ਸਬਸਿਡੀ ਦੀ ਅਮਾਊਂਟ ਕੱਟ ਕੇ ਦੇਣ ਵਾਲੀ, ਇਹਦਾ ਸਾਨੂੰ ਹੁੰਗਾਰਾ ਵੀ ਵਧੀਆ ਮਿਲ ਰਿਹਾ ਹੈ। ਜਿਹੜੇ ਹੁਣ ਸੁਪਰ ਸੀਡਰ ਕਿਸਾਨ ਕੋਲ ਸੁਪਰ ਸੀਡਰ ਚਲਾ ਗਿਆ, ਉਹ ਕਿੱਥੇ ਪਰਾਲੀ ਨੂੰ ਅੱਗ ਲਾਏਗਾ? ਦੂਸਰਾ, ਪਰਾਲੀ ਨੂੰ ਅੱਗ ਲਾਉਣ ਤੋਂ ਇਲਾਵਾ ਸੁਪਰ ਸੀਡਰ ਇੱਕ ਬੱਚਤ ਦਾ ਸਾਧਨ ਵੀ ਹੈ। ਝੋਨਾ ਵੱਢਣ ਤੋਂ ਬਾਅਦ ਕਣਕ ਬੀਜਣ ਤੱਕ ਆਪਾਂ ਨੂੰ 5 ਤੋਂ 6 ਵਾਰ ਟਰੈਕਟਰ ਖੇਤ ਦੇ ਵਿੱਚ ਚਲਾਉਣਾ ਪੈਂਦਾ, ਤਾਂ ਜਾ ਕੇ ਆਪਣਾ ਖੇਤ ਤਿਆਰ ਹੁੰਦਾ ਕਣਕ ਦੀ ਬਿਜਾਈ। ਸੁਪਰ ਸੀਡਰ ਦੇ ਵਿੱਚ ਕੀ ਹੈ, ਤੁਸੀਂ ਝੋਨਾ ਵੱਢਣ ਤੋਂ ਬਾਅਦ ਡਾਇਰੈਕਟਲੀ ਸੁਪਰ ਸੀਡਰ ਨਾਲ ਉਹਦੀ ਬਿਜਾਈ ਕਰ ਸਕਦੇ ਹੋ, SMS ਲੱਗੀ ਮਸ਼ੀਨ ਨਾਲ ਕਟਵਾ ਕੇ। ਸੋ ਇੱਕ ਤੁਹਾਡਾ ਟਾਈਮ ਦੀ ਸੇਵਿੰਗ ਹੋਊਗੀ। ਮੋਰਓਵਰ, ਜਦੋਂ ਟਰੈਕਟਰ ਸਿੰਗਲ ਸ਼ਾਟ ਦੇ ਵਿੱਚ ਬਿਜਾਈ ਕਰਕੇ ਬਾਹਰ ਨਿਕਲੇਗਾ, ਤੁਹਾਡੇ ਡੀਜ਼ਲ ਦੀ ਸੇਵਿੰਗ ਵੀ ਹੋਏਗੀ। ਸੋ ਇੱਕ ਸੇਵਿੰਗ ਦਾ ਜ਼ਰੀਆ ਵੀ ਹੈ, ਬੱਚਤ ਦਾ ਜ਼ਰੀਆ ਵੀ ਹੈ, ਅਤੇ ਇਹ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਬਹੁਤ ਵੱਡਾ ਯੋਗਦਾਨ ਹੈ ਸੁਪਰ ਸੀਡਰ ਦਾ। ਜਿਸ ਕਰਕੇ ਅਸੀਂ ਵੀ ਉਪਰਾਲਾ ਕਰ ਰਹੇ ਹਾਂ ਕਿ ਆਪਣੀ ਪ੍ਰਕਿਰਤੀ ਨੂੰ, ਆਪਣੇ ਨੇਚਰ ਨੂੰ ਅਤੇ ਆਪਣੇ ਕਿਸਾਨ ਨੂੰ ਬਚਾਉਣ ਦੇ ਲਈ ਉਪਰਾਲਾ
ਉਸ ਅਸੀਂ ਵੀ ਯੋਗਦਾਨ ਦੇ ਪਾਈ। ਹੁਣ ਜਿਹੜਾ ਤੁਸੀਂ ਵੀਰ ਜੀ ਸੁਪਰ ਸੀਟਰ ਦੀ ਗੱਲ ਕਰਦੇ ਹੋ, ਐਗਰੀ ਜ਼ੋਨ ਦਾ ਸੁਪਰ ਸੀਟਰ ਹੈ, ਇਸ ਦੇ ਵਿੱਚ ਕੀ ਖਾਸ ਹੈ, ਕੀ ਵਿਸ਼ੇਸ਼ਤਾਵਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਐਗਰੀ ਜ਼ੋਨ ਦਾ ਸੁਪਰ ਸੀਟਰ ਹੋਣਾ ਹੀ ਆਪਣੇ ਆਪ 'ਚ ਇੱਕ ਵਿਸ਼ੇਸ਼ਤਾ ਹੈ। ਐਗਰੀ ਜ਼ੋਨ GSA ਗਰੁੱਪ ਦਾ ਬਣਾਇਆ ਹੋਇਆ ਸੁਪਰ ਸੀਟਰ ਹੈ। GSA ਗਰੁੱਪ ਪਿਛਲੇ 26 ਸਾਲ ਤੋਂ ਆਟੋਮੋਟਿਵ ਇੰਡਸਟਰੀ ਦੇ ਵਿੱਚ ਮੋਨੋਪੋਲੀ 'ਤੇ ਕੰਮ ਕਰ ਰਿਹਾ, 98% ਮਾਰਕੀਟ ਸ਼ੇਅਰ ਦੇ ਨਾਲ ਪਿਸਟਨ ਦੇ ਐਲਫਿਨ ਰਿੰਗ। ਸੋ ਜੋ ਕੰਪਨੀ 0% ਰਿਜੈਕਸ਼ਨ 'ਤੇ ਇੰਨੀ ਕੁਆਲਿਟੀ ਕੌਨਸ਼ੀਅਸ ਹੋ ਕੇ 26 ਸਾਲ ਤੋਂ ਰਾਜ ਕਰ ਰਹੀ ਹੈ, ਤਾਂ ਕੀ ਉਹ ਇੰਪਲੀਮੈਂਟ ਜਿਹੜਾ ਇੱਕ ਖੇਤੀਬਾੜੀ 'ਚ ਵਰਤੋਂ ਆਉਣ ਵਾਲੀ ਮਸ਼ੀਨ ਉਹਦੇ ਉੱਪਰ ਕੁਆਲਿਟੀ ਦਾ ਧਿਆਨ ਨਹੀਂ ਰੱਖੇ? ਇਹੀ ਐਗਰੀ ਜ਼ੋਨ ਦੀ ਖਾਸੀਅਤ ਹੈ ਕਿ ਐਗਰੀ ਜ਼ੋਨ ਦੇ 95% ਪੁਰਜੇ, ਚਾਹੇ ਗੇਅਰ ਨੇ, ਕਾਸਟਿੰਗਸ ਨੇ, ਇਨਬਿਲਟ ਨੇ, ਕੰਪਨੀ ਦੇ ਅੰਦਰ ਬਣਦੇ ਨੇ। 95% ਜੋ ਪੁਰਜੇ ਨੇ ਕੰਪਨੀ ਦੇ ਅੰਦਰ ਬਣਾਏ ਜਾਂਦੇ ਹਨ। ਪਾਊਡਰ ਕੋਟਿੰਗ ਪੇਂਟ ਕੀਤਾ ਜਾਂਦਾ ਹੈ ਬੋਡੀ ਦੇ ਉੱਤੇ, ਅਤੇ ਜਿਹੜਾ ਲੋਹਾ ਵੀ ਆ ਉਹ ਬ੍ਰਾਂਡਡ ਕੰਪਨੀਆਂ ਤੋਂ ਆਥੋਰਾਈਜ਼ ਰਿਕਮੈਂਡਡ, ਜੋ ਟਾਟਾ ਦੀ ਰਿਕਮੈਂਡਡ ਕੰਪਨੀ ਹੈ ਕਹਿ ਲਈਏ ਆਪਾਂ, ਉਹਨਾਂ ਤੋਂ ਲਿਆ ਜਾਂਦਾ। ਕੋਈ ਦੇਸੀ ਲੋਹਾ ਇਹਦੇ ਵਿੱਚ ਨਹੀਂ ਵਰਤਿਆ ਜਾਂਦਾ, ਜਿਸ ਦੇ ਤਹਿਤ ਹੀ ਅਸੀਂ 2 ਸਾਲ ਦੀ ਗਰੰਟੀ ਦੇ ਰਹੇ ਹਾਂ ਹਰ ਇੱਕ ਗੇਅਰ ਦੇ ਉੱਪਰ। ਉਹ ਤਾਂ ਹੀ ਦੇ ਸਕਦੇ ਹਾਂ ਜੇਕਰ ਸਾਨੂੰ ਆਪਣੀ ਕੁਆਲਿਟੀ 'ਤੇ ਭਰੋਸਾ। ਬਾਕੀ ਜੋ ਇਹਦੇ ਵਿੱਚ ਅਸੀਂ ਡਿਸਕ ਦਾ ਡਿਜ਼ਾਇਨ ਰੱਖਿਆ ਹੈ, ਜੋ ਡਿਸਕ ਰੱਖੀ ਹੋਈ ਹੈ, ਉਹਦੇ 800 ਤੋਂ ਲੈ ਕੇ 1000 ਏਕੜ ਤੱਕ ਦੀ ਜ਼ਿੰਮੇਵਾਰੀ ਐਗਰੀ ਜ਼ੋਨ ਲੈਂਦਾ, ਕਿਉਂਕਿ ਉਹਦੇ ਵਿੱਚ ਲੋਹੇ ਨੂੰ, ਜਿਸ ਲੋਹੇ ਨੂੰ ਵਰਤਿਆ ਗਿਆ ਹੈ, ਉਹ ਲੋਹੇ ਦੀ ਕੰਪੋਜੀਸ਼ਨ ਕੀ ਹੋਣੀ ਚਾਹੀਦੀ, ਕਿਸ ਤਰ੍ਹਾਂ ਦਾ ਸਟੀਲ ਉਹਦੇ ਵਿੱਚ ਲੱਗਿਆ ਹੈ, ਉਹਦੇ ਉੱਪਰ ਬਹੁਤ ਧਿਆਨ ਦਿੱਤਾ ਗਿਆ। ਸਟੀਲ ਅਲਾਏ ਦੀ ਡਿਸਕ ਜੋ ਹੈ ਐਗਰੀ ਜ਼ੋਨ ਵੱਲੋਂ ਲਗਾਈ ਗਈ। ਸਰ, ਤੁਸੀਂ ਅੱਜ ਸਾਡੇ ਨਾਲ ਸਮਾਂ ਇੰਨਾ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅਤੇ ਅੱਗੇ ਇਨ ਫਿਊਚਰ ਐਗਰੀ ਜ਼ੋਨ ਕੀ ਕਰਨ ਜਾ ਰਿਹਾ? ਦੇਖੋ ਜੀ, ਤੁਹਾਡੇ ਮਾਧਿਅਮ ਦੇ ਜ਼ਰੀਏ ਕਿਸਾਨਾਂ ਤੱਕ ਜਾਣਕਾਰੀ ਪਹੁੰਚਦੀ ਹੈ, ਇਹਦੇ ਲਈ ਤੁਹਾਡਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ। ਐਗਰੀ ਜ਼ੋਨ ਦੇ ਜਿਹੜੇ ਅਗਲੇ ਪਲਾਨ ਨੇ, ਇਹ ਬੈਕ ਟੂ ਬੈਕ, ਅਸੀਂ ਇਸ ਅਭਿਆਨ ਨੂੰ ਹੁਣ ਬੰਦ ਨਹੀਂ ਹੋਣ ਦੇਣਾ, ਰੁਕਣ ਨਹੀਂ ਦੇਣਾ। ਅਗਲਾ ਅਭਿਆਨ ਸਾਡਾ 1-2 ਦਿਨ ਦੇ ਵਿੱਚ ਮੋਗੇ ਹੈ, ਉੱਥੇ ਵੀ ਅਸੀਂ ਇਸੇ ਤਰ੍ਹਾਂ ਹੀ ਬਲਕ ਡਿਲੀਵਰੀਆਂ ਕਰਨ ਜਾ ਰਹੇ ਹਾਂ। ਫਿਰ ਸਾਡਾ ਹੁਸ਼ਿਆਰਪੁਰ ਦਾ ਅਗਲੇ 15 ਦਿਨ ਦਾ ਪਲਾਨ ਸਾਡਾ ਹੁਣ ਪੇਪਰ ਤਿਆਰ ਹੈ, ਅਤੇ ਇਹ ਜੋ ਹੁਣ ਅਸੀਂ ਇੱਕ ਅਭਿਆਨ ਚਲਾਇਆ ਹੈ ਸਾਰੇ ਪੰਜਾਬ 'ਚ, ਇੱਦਾਂ ਹੀ ਚੱਲੇਗਾ ਥਰੂ ਆਊਟ ਸੀਜ਼ਨ। ਇਹਦੇ ਲਈ ਐਗਰੀ ਜ਼ੋਨ ਜੋ ਹੈ ਕਿਸਾਨਾਂ ਦਾ ਵੀ ਧੰਨਵਾਦ ਕਰਦੀ ਹੈ ਕਿ ਕਿਸਾਨਾਂ ਨੇ ਸਾਡੇ 'ਤੇ ਭਰੋਸਾ ਦਿਖਾਇਆ, ਸਾਡੇ ਨਾਲ ਜੁੜੇ, ਅਤੇ ਸਾਡੀ ਹਰ ਇੱਕ ਵੀਡੀਓ ਨੂੰ ਦੇਖਦੇ ਨੇ, ਉਹਨੂੰ ਸਮਝਦੇ ਨੇ। ਸੋ ਤੁਹਾਡਾ ਮੀਡੀਆ ਦਾ ਵੀ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਕਿਸਾਨਾਂ ਤੱਕ ਪਹੁੰਚਾਉਂਦੇ।